ਦੇ ਹਲਕਾ ਦਾਖਾ ਤੋਂ ਇੰਚਾਰਜ ਕੈਪਟਨ ਸੰਦੀਪ ਸੰਧੂ ਦੀਆਂ ਮਹਾਮਾਰੀ ਦੌਰਾਨ ਹਲਕੇ ਵਿੱਚ ਸੇਵਾਵਾਂ ਨੂੰ ਦੇਖਦੇ ਹੋਏ ਹਲਕੇ ਦੇ ਨੌਜਵਾਨਾਂ ਵੱਲੋਂ ਕੈਪਟਨ ਸੰਦੀਪ ਸੰਧੂ ਨੂੰ ਭਾਈ ਕਨਈਆ ਜੀ ਅਵਾਰਡ ਨਾਲ ਪੈਲਸ ਗਰਾਊਂਡ ਵਿਲਾ ਵਿਖੇ ਸਨਮਾਨ ਕੀਤਾ ਗਿਆ। ਨੌਜਵਾਨਾਂ ਦੇ ਠਾਠਾ ਮਾਰਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਹਲਕਾ ਦਾਖਾਂ ਦੀ ਸਹਿ ਨੁਮਾਇੰਦਗੀ ਕੈਪਟਨ ਸੰਦੀਪ ਸੰਧੂ ਹੀ ਕਰ ਸਕਦੇ ਨੇ। ਨੌਜਵਾਨਾਂ ਨੇ ਬਾਹਾਂ ਖੜੀਆਂ ਕਰਕੇ ਭਰੋਸਾ ਦਵਾਇਆ ਕਿ ਉਹ ਕੈਪਟਨ ਸੰਦੀਪ ਸੰਧੂ ਦਾ ਡਟ ਕੇ ਸਾਥ ਦੇਣਗੇ ਅਤੇ ਨਾਲ ਹੀ ਭਾਰੀ ਵੋਟਾਂ ਨਾਲ ਜਿਤਾਉਣਗੇ। ਇਸ ਮੌਕੇ ਡਾਕਟਰ ਕਰਨ ਵੜਿੰਗ ਨੌਜਵਾਨਾਂ ਦੇ ਵੱਡੇ ਕਾਫਲੇ ਸਮੇਤ ਪਹੁੰਚੇ। ਹੋਰਨਾਂ ਤੋਂ ਇਲਾਵਾ ਸਮਾਗਮ ਵਿੱਚ ਗੁਰਜੀਤ ਸਿੰਘ ਈਸੇਵਾਲ, ਪਰਮਿੰਦਰ ਸਿੰਘ ਸਰਪੰਚ ਮਾਜਰੀ, ਬਿੱਟੂ ਦੇਤਵਾਲ, ਗੁਰਮਿੰਦਰ ਸਿੰਘ ਸਰਪੰਚ ਮੋਹੀ, ਬਲਵਿੰਦਰ ਸਿੰਘ ਜੱਸੋਵਾਲ, ਗੁਰਚਰਨ ਸਿੰਘ ਚੰਨਾ ਹਸਨਪੁਰ, ਕਰਮਨਦੀਪ ਸਿੰਘ ਲਾਹੌਰ, ਹਰਨੇਕ ਸਿੰਘ ਸਰਾਭਾ, ਹਰਮਿੰਦਰ ਸਿੰਘ ਜਾਗਪੁਰ, ਹਰਮਨ ਕੁਲਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਸਰਪੰਚ ਭਾਈਚਾਰਾ ਹਾਜ਼ਰ ਸੀ। ਰਿਪੋਰਟ ਸਿਟੀ ਲਾਈਵ ਚੈਨਲ ਮੁੱਲਾਪੁਰ। ਪਰ ਦੇਖਿਆ ਜਾਵੇ ਤਾਂ ਪੰਜਾਬ ਦੇ ਇਤਿਹਾਸ ਵਿੱਚ ਭਾਈ ਘਨੱਈਆ ਜੀ ਦਾ ਜਿਹੜਾ ਨਾਮ ਹੈ ਉਹ ਵੱਖਰਾ ਹੀ ਲਿਆ ਜਾਂਦਾ, ਔਰ ਹਲਕਾ ਦਾਖਾ ਦੀ ਯੂਥ ਨੇ ਜੋ ਤੁਹਾਨੂੰ ਭਾਈ ਘਨੱਈਆ ਜੀ ਦੇ ਨਾਮ ਦੇ ਨਾਲ ਅਵਾਰਡ ਦੇ ਨਾਲ ਅੱਜ ਮਾਣ ਸਨਮਾਨ ਦਿੱਤਾ ਹੈ, ਅਤੇ ਇਸ ਹਲਕਾ ਦਾਖਾ ਦੀ ਯੂਥ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਜਿੱਥੇ ਮੈਂ ਸ਼ੁਰੂ 'ਚ ਆਪਦੀ ਸਪੀਚ 'ਚ ਵੀ ਕਿਹਾ, ਤੁਹਾਨੂੰ ਵੀ ਕਹਿ ਰਿਹਾ, ਮੈਂ ਸਾਰੇ ਦਾਖਾ ਨਿਵਾਸੀਆਂ ਦਾ, ਖਾਸ ਕਰਕੇ ਭਰਾਵਾਂ ਦਾ ਜਿਨ੍ਹਾਂ ਨੇ ਇਹ ਸੋਚ ਮੇਰੇ ਬਾਰੇ ਰੱਖੀ, ਔਰ ਜਿਸ ਤਰੀਕੇ ਨਾਲ ਅੱਜ ਆ ਕੇ ਯੂਥ ਨੇ ਸ਼ਮੂਲੀਅਤ ਕਰਕੇ ਮੇਰਾ ਮਾਨ ਸਤਿਕਾਰ ਵਧਾਇਆ ਔਰ ਇਸ ਅਵਾਰਡ ਨਾਲ ਮੈਨੂੰ ਸਨਮਾਨਿਤ ਕੀਤਾ, ਜਿੱਥੇ ਮੈਂ ਇਹਨਾਂ ਸਾਰਿਆਂ ਦਾ ਅਹਿਸਾਨ ਮੰਨਦਾ, ਇਹਨਾਂ ਦਾ ਧੰਨਵਾਦ ਕਰਦਾ। ਮੈਂ ਨਾਲ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਅਵਾਰਡ ਹੈ ਇਕੱਲਾ ਸੰਦੀਪ ਸੰਧੂ ਦਾ ਨਹੀਂ, ਇਹ ਅਵਾਰਡ ਇਹਨਾਂ ਸਾਰਿਆਂ ਦਾ ਅਤੇ ਉਹਨਾਂ ਸਾਰਿਆਂ ਦਾ ਵੀ ਹੈ ਜਿਹੜੇ ਸ਼ਾਇਦ ਅੱਜ ਇੱਥੇ ਪਹੁੰਚੇ ਨਹੀਂ, ਜਿਨ੍ਹਾਂ ਨੇ ਸ਼ਾਇਦ ਮੇਰੇ ਤੋਂ ਵੱਧ ਜਿਹੜਾ ਹੈਗਾ ਕੰਮ ਕੀਤਾ ਹੈਗਾ ਆਹ ਮਹਾਂਮਾਰੀ ਦੌਰਾਨ। ਮੈਂ ਹਰ ਥਾਂ 'ਤੇ ਜਿਹੜੀਆਂ ਆਪਣੀਆਂ ਜ਼ਰੂਰੀ ਸੰਸਥਾਵਾਂ ਹੈਗੀਆਂ, ਜਿਵੇਂ ਆਪਣਾ ਸਿਹਤ ਵਿਭਾਗ ਹੈ, ਆਪਣਾ ਪੁਲਿਸ ਵਿਭਾਗ ਹੈ, ਆਪਣੇ ਸਮਾਜ ਸੇਵਕ ਹੈਗੇ ਆ, ਪਿੰਡ ਦੇ ਸਰਪੰਚ ਪੰਚ ਹੈਗੇ ਆ, ਯੂਥ ਕਲੱਬਾਂ ਦੇ ਪ੍ਰਧਾਨ ਹੈਗੇ ਆ, ਵਲੰਟੀਅਰਸ ਹੈਗੇ ਆ, ਇਹਨਾਂ ਸਾਰਿਆਂ ਦਾ ਯੋਗਦਾਨ ਜਿਹੜਾ ਹੈਗਾ ਮੈਂ ਸਮਝਦਾ ਮੇਰੇ ਯੋਗਦਾਨ ਨਾਲੋਂ ਕਿਤੇ ਜ਼ਿਆਦਾ, ਪਰ ਮੈਂ ਰਿਣੀ ਹੈ ਅਹਿਸਾਨ ਮੰਨਦਾ ਕਿ ਮੇਰੇ ਪ੍ਰਤੀ ਇਹਨਾਂ ਨੇ ਇਹ ਸੋਚ ਰੱਖੀ ਔਰ ਯੂਥ ਨੇ ਅੱਜ ਇੱਥੇ ਪਹੁੰਚ ਕੇ ਮੇਰਾ ਮਾਣ ਵਧਾਇਆ। ਅਤੇ ਹਲਕਾ ਦਾਖਾ ਦੀ ਯੂਥ ਨੂੰ ਤੁਸੀਂ ਨਸ਼ੇ ਪ੍ਰਤੀ ਇੱਕ ਸਿਟੀ ਲਾਈਵ ਚੈਨਲ ਦੇ ਜ਼ਰੀਏ ਸੰਦੇਸ਼ ਦੇ ਦਿਓ। ਮੈਮ, ਸੰਦੇਸ਼ ਤਾਂ ਮੈਂ ਉਦੋਂ ਹੀ ਦੇਤਾ ਸੀ ਜਦੋਂ ਤੁਸੀਂ ਪ੍ਰੋਗਰਾਮ ਚੱਲ ਰਿਹਾ ਸੀ, ਮੈਂ ਇਹੀ ਗੱਲ ਆਖੀ ਕਿ ਜਿਹੜਾ ਇਹ ਹਲਕਾ ਦਾਖਾ ਸੀ ਜਿਹੜਾ ਜਿਹਦਾ ਇਸ ਗੱਲ ਨਾਲ ਜਾਣਿਆ ਜਾਂਦਾ ਸੀ ਵੀ ਇੱਥੇ ਚਿੱਟੇ ਦੇ ਦਰਿਆ ਵਗਦੇ ਆ, ਜਿੱਥੇ ਰੋਜ਼ ਕੋਈ ਨਾ ਕੋਈ ਇਹੋ ਜਿਹੀ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਸੀ, ਅਤੇ ਜਿੱਥੇ ਪਿਛਲੇ 4 ਸਾਲਾਂ ਦੇ ਵਿੱਚ ਅਸੀਂ ਬਹੁਤ ਹੱਦ ਤੱਕ ਕਾਮਯਾਬ ਹੋਏ ਹਾਂ ਇਸ ਨਸ਼ੇ ਦੀ ਜਿਹੜੀ ਦਰਿਆ ਨੂੰ ਰੋਕਣ ਵਿੱਚ। ਪਰ ਮੈਂ ਅੱਜ ਇਹੀ ਇਹਨਾਂ ਤੋਂ ਵਾਅਦਾ ਲਿੱਤਾ ਕਿ ਇਹ ਹਜੇ ਕਾਫੀ ਨਹੀਂ, ਹਜੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਔਰ ਤੁਹਾਡਾ ਸਾਰਿਆਂ ਦਾ, ਕਿਉਂਕਿ ਪਿੰਡ ਪਿੰਡੇ ਬੈਠੇ ਆ, ਜੇ ਠੀਕਰੀ ਪਹਿਰੇ ਲਾ ਲਾ ਕੇ ਮਹਾਂਮਾਰੀ ਦੌਰਾਨ ਜਦੋਂ ਉਦੋਂ ਡਿਊਟੀਆਂ ਲੱਗੀਆਂ ਸੀ, ਆਪਾਂ ਕਿਸੇ ਹੋਰ ਪਿੰਡ ਦਾ ਵਿਅਕਤੀ ਨੂੰ ਆਪਦੇ ਪਿੰਡ ਨਹੀਂ ਆਉਣ ਦੇਣਾ, ਇਹ ਡਿਊਟੀਆਂ ਸੀ, ਜੇ ਉਹ ਤਨਦੇਹੀ ਨਾਲ ਨਿਭਾ ਸਕਦੇ ਆ ਤਾਂ ਇਹ ਡਿਊਟੀ ਵਿੱਚ ਇਹ ਸਾਥ ਦੇਣ, ਇਸ ਡਿਊਟੀ ਦੇ ਵਿੱਚ ਵੀ ਇਹ ਜੇ ਇਹਨਾਂ ਨੇ ਸਿੱਧਾ ਜੇ ਇਹਨਾਂ ਦਾ ਸਹੀ ਸਾਥ ਮਿਲ ਗਿਆ ਐਂਡ ਜਿਹਨੂੰ ਕਹਿੰਦੇ ਆ ਵੀ ਦਾਖੇ ਨੂੰ ਸਾਫ਼ ਕਰ ਦਿਆਂਗੇ ਇਸ ਨਸ਼ੇ ਦੀ ਇਸ। ਅਤੇ ਸਰ, ਜੇਕਰ ਦੇਖਿਆ ਜਾਵੇ ਜਦੋਂ ਤੁਹਾਨੂੰ ਇੱਥੇ ਉਮੀਦਵਾਰ ਘੋਸ਼ਿਤ ਕੀਤਾ ਗਿਆ ਸੀ ਤਾਂ ਦਾਖਾ ਦੇ ਲੋਕਾਂ ਦਾ ਕਹਿਣਾ ਹੈ ਕਿ ਸੀ ਬਾਹਰੀ ਉਮੀਦਵਾਰ ਹੈ, ਪਰ ਅੱਜ ਜੇਕਰ ਦਾਖਾ ਦੀ ਇੱਥੇ ਯੂਥ ਦਾ ਇਕੱਠ ਔਰ ਦਾਖਾ ਦਾ ਪਿਆਰ ਦੇਖਿਆ ਜਾਵੇ ਤਾਂ ਇਸ ਨੂੰ ਅੱਜ ਤੁਹਾਡੇ ਦਿਲ ਵਿੱਚ ਕੀ ਮਹਿਸੂਸ ਹੋ ਰਿਹਾ? ਮੈਂ ਹਰ ਥਾਂ 'ਤੇ ਜਿੱਥੇ ਵੀ ਮੈਨੂੰ ਮੌਕਾ ਮਿਲਦਾ ਬੋਲਣ ਦਾ, ਮੈਂ ਤਾਂ ਗੱਲ ਹੀ ਇਹ ਕਹਿੰਦਾ ਕਿ ਕਿਹਦਾ ਦਿਲ ਕਰਦਾ ਹੁੰਦਾ ਇਲੈਕਸ਼ਨ ਹਾਰ ਕੇ ਰਹਿਣ ਦਾ, ਅਤੇ ਬੰਦਾ ਹਾਰ ਕੇ ਕਿਉਂ ਰਹਿੰਦਾ? ਅਗਲੀ ਇਲੈਕਸ਼ਨ ਕਦੋਂ ਆਉਣੀ, ਕੀ ਹੋਣਾ, ਕੀ ਨਹੀਂ ਹੋਣਾ, ਕੁਛ ਨਹੀਂ ਪਤਾ ਹੁੰਦਾ, ਕੋਈ ਨਾ ਕੋਈ ਕਾਰਨ ਬਣਦਾ ਔਰ ਉਹਦਾ ਮੁੱਖ ਕਾਰਨ ਇਹ ਸੀ ਕਿ ਉਹ 20-25 ਦਿਨਾਂ ਦੇ ਵਿੱਚ ਜਦੋਂ ਮੈਂ ਇੱਥੇ ਇਲੈਕਸ਼ਨ ਲੜਨ ਆਇਆ, ਜਿਸ ਤਰੀਕੇ ਦਾ ਮੈਨੂੰ ਔਰ ਕਾਂਗਰਸ ਪਾਰਟੀ ਨੂੰ ਇੱਥੇ 52-53 ਹਜ਼ਾਰ ਵੋਟ ਪਈ, ਮੇਰੇ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਸੀ। ਸੋ ਉਹ ਇੱਕ ਪਾਸੇ ਮੇਰਾ ਫਰਜ਼, ਦੂਜੇ ਪਾਸੇ ਜਿਹੜਾ ਇਹਨਾਂ ਦਾ ਸਹਿਯੋਗ ਅਤੇ ਪਿਆਰ ਮਿਲਿਆ, ਉਹੀ ਕਾਰਨ ਹੈ ਕਿ ਮੈਂ ਅੱਜ ਦਾਖੇ ਪਰਿਵਾਰ ਦਾ ਹਿੱਸਾ। ਮੈਂ ਮਾਣ ਮਹਿਸੂਸ ਕਰਦਾ ਕਿ ਮੈਂ ਮੁੱਲਾਂਪੁਰ ਦਾਖੇ ਨਾਲ ਸੰਬੰਧਿਤ ਹੈ, ਮੇਰਾ ਨਾਮ ਮੁੱਲਾਂਪੁਰ ਦਾਖਿਆ ਨਾਲ ਜੁੜ ਗਿਆ ਹੈਗਾ, ਮੈਨੂੰ ਇਸ ਗੱਲ ਦਾ ਮਾਣ ਹੈ ਔਰ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਦਾਖੇ ਵਾਲਿਆਂ ਨੇ ਵੀ ਮੈਨੂੰ ਜਿਹਨੂੰ ਕਹਿੰਦੇ ਆ ਵੀ ਵਿਆਜ ਸਮੇਤ ਜਿਹੜਾ ਹੈਗਾ ਪਿਆਰ ਮਾਣ ਸਤਿਕਾਰ ਦਿੱਤਾ ਹੈ।
ਤੇ ਬਸ ਇੱਕ ਸਵਾਲ ਹੋਰ ਜੀ, ਜੇਕਰ ਆਪਾਂ ਗੱਲ ਕਰੀਏ ਇਸ ਸਮੇਂ ਕੋਰੋਨਾ ਮਹਾਮਾਰੀ ਦੇ, ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿਹਦੇ ਵਿੱਚ ਵੈਕਸੀਨ ਦਿੱਤੀ ਜਾ ਰਹੀ ਹੈ, ਔਰ ਪੰਜਾਬ ਸਰਕਾਰ ਨੇ ਅਨਾਊਂਸ ਕੀਤਾ ਕਿ ਜਿਹੜਾ ਪਿੰਡ 100% ਇਸ ਵੈਕਸੀਨ ਨਾਲ ਆਪਣਾ ਲਾਹਾ ਚੁੱਕ ਲਏਗਾ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਏਗਾ। ਇਹ ਦੱਸੋ ਹਲਕਾ ਦਾਖਾ ਦੇ ਪਿੰਡ ਕਿੰਨੀ ਜਲਦੀ 113 ਪਿੰਡਾਂ ਵਿੱਚੋਂ ਕਿੰਨੀ ਜਲਦੀ ਇਹ ਪਿੰਡ 100% ਵੈਕਸੀਨ ਹੋ ਜਾਣਗੇ? ਦੇਖੋ ਹਲਕਾ ਦਾਖਾ ਵਿੱਚ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਲਗਾਤਾਰ ਚੱਲ ਰਹੀ ਹੈ ਜੀ। ਮੇਰੇ ਖਿਆਲ 'ਚ ਪਹਿਲਾ ਟੀਕਾ ਤਾਂ ਬਹੁਤ ਇਹੋ ਜਿਹੇ ਪਿੰਡ ਹੈਗੇ ਜਿੱਥੇ ਕਿ 100% ਤੋਂ ਉੱਤੇ ਹੋ ਗਿਆ, ਪਰ ਸਹੀ ਮਾਨੇ 'ਚ ਮੈਂ ਉਸ ਪਿੰਡ ਨੂੰ 100% ਮੰਨੂੰਗਾ ਜਿਸ ਪਿੰਡ ਦੇ ਵਿੱਚ ਸਾਰੇ ਵਿਅਕਤੀਆਂ ਨੇ ਦੋਨੋਂ ਆਪਦੀ ਡੋਜ਼ਿਸ ਲਵਾ ਲਈਆਂ ਹੈਗੀਆਂ। ਮੇਰਾ ਖਿਆਲ ਹੈਗਾ ਕਿ ਅਗਲੇ 2 ਹਫ਼ਤਿਆਂ ਦੇ ਵਿੱਚ ਅਸੀਂ 50% ਤੋਂ ਜਿਹੜੇ ਪਿੰਡ ਹੈ ਇਸ ਤਾਦਾਦ ਵਿੱਚ ਪਹੁੰਚ ਜਾਣਗੇ ਜਿਨ੍ਹਾਂ ਨੇ 100% ਤੋਂ ਉੱਤੇ ਵੈਕਸੀਨ ਲਵਾ ਲਈ।